ਕਾਰਜੋਗ ਜੱਜ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣਾ ਯੂਨੀਵਰਸਿਟੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 440ਵੇਂ ਪ੍ਰਕਾਸ਼ ਉਤਸਵ 'ਤੇ ਇੱਕ ਪ੍ਰਤੀਯੋਗਿਤਾ ਕਰਵਾਈ ਜਾ ਰਹੀ ਹੈ। ਉਸਦੇ ਅਨੁਸਾਰ ਮੈਂ ਤੁਹਾਨੂੰ ਗੁਰੂ ਜੀ ਦੇ ਜੀਵਨ ਅਤੇ ਸ਼ਹੀਦੀ ਬਾਰੇ ਕੁਝ ਜਾਣਕਾਰੀ ਦੇਵਾਂਗੀ। ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਵਿੱਚ ਸ਼੍ਰੀ ਹਰਗੋਬਿੰਦ ਜੀ ਦੇ ਘਰ ਅਤੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਆਪ ਜੀ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਅਤੇ 5ਵੇਂ ਪੁੱਤਰ ਸਨ। ਆਪ ਜੀ ਦੇ ਬਚਪਨ ਦਾ ਨਾਮ ਤਿਆਗਮਨ ਸੀ। ਆਪ ਬਚਪਨ ਵਿੱਚ ਹੋਣਹਾਰ ਬਾਲਕ ਸਨ। ਆਪ ਜੀ ਸਿੱਖਿਆ ਲਈ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਕੋਲ ਗਏ। 1635 ਈਸਵੀ ਵਿੱਚ ਕਰਤਾਰਪੁਰ ਦੇ ਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਅਤੇ ਮੁਗਲਾਂ ਵਿਚਕਾਰ ਲੜਾਈ ਹੋਈ, ਜਿਸ ਵਿੱਚ ਤਿਆਗਮਲ ਜੀ ਨੇ ਹਿੱਸਾ ਲਿਆ। ਆਪ ਬਹੁਤ ਹੀ ਬਹਾਦਰੀ ਅਤੇ ਨਿਡਰਤਾ ਨਾਲ ਲੜੇ। ਇਸ ਤੋਂ ਪ੍ਰਭਾਵਿਤ ਹੋ ਕੇ ਸ਼੍ਰੀ ਹਰਗੋਬਿੰਦ ਜੀ ਨੇ ਆਪ ਜੀ ਦਾ ਨਾਮ ਤਿਆਗਮਲ ਤੋਂ ਗੁਰੂ ਤੇਗ ਬਹਾਦਰ ਜੀ ਰੱਖ ਦਿੱਤਾ, ਜਿਸ ਦਾ ਅਰਥ ਹੈ ਤਲਵਾਰ ਦਾ ਧਨੀ। ਕਰਤਾਰਪੁਰ ਦੇ ਨਿਵਾਸੀ ਲਾਲ ਚੰਦ ਜੀ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਆਪ ਜੀ ਦਾ ਵਿਆਹ ਹੋਇਆ। ਆਪ ਜੀ ਦੇ ਘਰ 1666 ਈਸਵੀ ਵਿੱਚ ਸ਼੍ਰੀ ਗੋਬਿੰਦ ਦਾਸ ਜੀ ਨੇ ਜਨਮ ਲਿਆ। ਆਪ ਮਾਤਾ ਗੁਜਰੀ ਜੀ ਨਾਲ ਬਾਬਾ ਬਕਾਲਾ ਵਿਖੇ ਚਲੇ ਗਏ। ਉੱਥੇ ਆਪ ਨੇ ਆਪਣੇ ਜੀਵਨ ਦੇ 20 ਵਰ੍ਹੇ ਬਤੀਤ ਕੀਤੇ। ਆਪ ਜੀ ਨੇ ਆਪਣੇ ਘਰ ਵਿੱਚ ਇੱਕ ਭੋਰਾ ਬਣਾਇਆ ਹੋਇਆ ਸੀ, ਜਿਸ ਵਿੱਚ ਆਪ ਬੈਠ ਕੇ ਦਿਨ ਰਾਤ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। 1664 ਈਸਵੀ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਦੇਹਾਂਤ ਤੋਂ ਪਹਿਲਾਂ 2 ਸ਼ਬਦ ਬੋਲੇ, ਬਾਬਾ ਬਕਾਲਾ, ਜਿਸ ਦਾ ਅਰਥ ਹੈ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਹੈ। ਸੋਢੀ ਵੰਸ਼ ਦੇ ਨਾਲ ਸੰਬੰਧਿਤ 22 ਵਿਅਕਤੀਆਂ ਨੇ ਆਪਣੇ ਆਪ ਨੂੰ ਗੁਰਗੱਦੀ ਦੇ ਦਾਅਵੇਦਾਰ ਦੱਸਣ ਲੱਗ ਪਏ। ਇਸ ਤੋਂ 2 ਮਹੀਨੇ ਬਾਅਦ ਮੱਖਣ ਸ਼ਾਹ ਇੱਕ ਘਟਨਾ ਵਾਪਰੀ, ਜਿਸ ਵਿੱਚ ਮੱਖਣ ਸ਼ਾਹ ਲੁਬਾਣਾ ਸਮੁੰਦਰ ਵਿੱਚ ਇੱਕ ਬੇੜੀ ਵਿੱਚ ਸਮਾਨ ਲੈ ਕੇ ਜਾ ਰਿਹਾ ਸੀ। ਅਚਾਨਕ ਹੀ ਤੇਜ਼ ਤੂਫਾਨ ਆਉਣ ਨਾਲ ਉਸਦਾ ਜਹਾਜ਼ ਡੁੱਬਣ ਲੱਗ ਪਿਆ। ਉਸਨੇ ਸੱਚੇ ਮਨ ਨਾਲ ਪਰਮਾਤਮਾ ਅੱਗੇ ਅਰਦਾਸ ਕੀਤੀ, ਹੇ ਪਰਮਾਤਮਾ, ਜੇ ਮੇਰਾ ਜਹਾਜ਼ ਕਿਨਾਰੇ ਲੱਗ ਗਿਆ ਤਾਂ ਮੈਂ ਤੁਹਾਨੂੰ 500 ਸੋਨੇ ਦੀਆਂ ਮੋਹਰਾਂ ਭੇਂਟ ਕਰੂੰਗਾ। ਅਤੇ ਉਸਦਾ ਜਹਾਜ਼ ਕਿਨਾਰੇ ਲੱਗ ਗਿਆ। ਫਿਰ ਉਹ ਬਾਬਾ ਬਕਾਲਾ ਵਿਖੇ ਪਹੁੰਚਿਆ, ਜਿਹੜੇ ਉੱਥੇ ਆਪਣੇ ਆਪ ਨੂੰ 22 ਵਿਅਕਤੀ ਜਿਹੜੇ ਸੀਗੇ ਗੁਰਗੱਦੀ ਦੇ ਦਾਅਵੇਦਾਰ ਦੱਸ ਰਹੇ ਸਨ, ਉਹਨਾਂ ਅੱਗੇ ਉਹ 2-2 ਮੋਹਰਾਂ ਭੇਂਟ ਕਰਨ ਲੱਗ ਪਿਆ। ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਦੇ ਅੱਗੇ 2 ਮੋਹਰਾਂ ਰੱਖੀਆਂ ਤਾਂ ਜਦੋਂ ਉਸਨੇ ਗੁਰੂ ਤੇਗ ਬਹਾਦਰ ਜੀ ਦੇ ਮੂਹਰੇ 2 ਮੋਹਰਾਂ ਭੇਂਟ ਕੀਤੀਆਂ ਤਾਂ ਗੁਰੂ ਜੀ ਬੋਲੇ, ਜਦੋਂ ਤੇਰਾ ਜਹਾਜ਼ ਡੁੱਬਣ ਲੱਗਾ ਸੀਗਾ ਤਾਂ ਤੂੰ ਉਸਨੇ 500 ਮੋਹਰਾਂ ਦੇਣ ਦਾ ਵਚਨ ਦਿੱਤਾ ਸੀਗਾ, ਸੋਨੇ ਦੀਆਂ ਮੋਹਰਾਂ। ਅਤੇ ਫਿਰ ਉਹ ਬਹੁਤ ਹੀ ਹੈਰਾਨ ਹੋਇਆ ਅਤੇ ਖੁਸ਼ੀ ਨਾਲ ਨੱਚਣ ਲੱਗ ਪਿਆ। ਉਹ ਛੱਤ 'ਤੇ ਜਾ ਕੇ ਰੌਲਾ ਪਾਉਣ ਲੱਗ ਪਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਮਤਲਬ ਅਗਲਾ ਗੁਰੂ ਲੱਭ ਗਿਆ ਹੈ। ਕਿਰਪਾ ਰਾਮ ਜੀ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਏ ਅਤੇ ਉਹਨਾਂ ਨੇ ਆਪਣੀ ਸਾਰੀ ਕਹਾਣੀ ਦੱਸੀ ਕਿ ਔਰੰਗਜ਼ੇਬ ਕਿਸ ਤਰ੍ਹਾਂ ਉਹਨਾਂ 'ਤੇ ਅੱਤਿਆਚਾਰ ਕਰ ਰਿਹਾ ਹੈ ਅਤੇ ਇਸਲਾਮ ਧਰਮ ਕਬੂਲ ਕਰਨ ਲਈ ਕਹਿ ਰਿਹਾ ਹੈ। ਗੁਰੂ ਜੀ ਅਤੇ ਭਾਈ ਮਤੀਦਾਸ, ਸਤੀਦਾਸ ਅਤੇ ਦਿਆਲਾ ਜੀ ਨੂੰ ਲੈ ਕੇ ਦਿੱਲੀ ਵੱਲ ਚੱਲ ਪਏ ਅਤੇ ਉੱਥੇ ਜਾ ਕੇ ਮੁਗਲਾਂ ਨੇ ਗੁਰੂ ਜੀ ਅਤੇ ਸਿੱਖਾਂ ਉੱਤੇ ਬਹੁਤੀ ਜ਼ੋਰ ਜ਼ਬਰਦਸਤੀ ਕੀਤੀ ਕਿ ਇਸਲਾਮ ਧਰਮ ਆਪਣਾ ਕਬੂਲ ਕਰ ਲੈਣ, ਪਰ ਗੁਰੂ ਜੀ ਨੇ ਸਿੱਧਾ ਹੀ ਇਨਕਾਰ ਕਰ ਦਿੱਤਾ। ਭਾਈ ਮਤੀਦਾਸ, ਸਤੀਦਾਸ ਅਤੇ ਦਿਆਲਾ ਜੀ ਨੂੰ ਬਹੁਤ ਹੀ ਬੁਰੀ ਤਰ੍ਹਾਂ ਸ਼ਹੀਦ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਲੱਗੇ ਕਿ ਗੁਰੂ ਜੀ ਡਰ ਜਾਣਗੇ, ਪਰ ਗੁਰੂ ਜੀ ਡਰੇ ਨਹੀਂ। ਉਹ ਇਸਲਾਮ ਧਰਮ ਉਹਨਾਂ ਨੇ ਕਬੂਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤੇ। ਆਪ ਜੀ ਨੂੰ 11 ਨਵੰਬਰ 1675 ਈਸਵੀ ਵਿੱਚ ਦਿੱਲੀ ਵਿਖੇ ਚਾਂਦਨੀ ਚੌਂਕ ਵਿਖੇ ਆਪਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ।